काफ़ी सारे दोस्त पूछते पैन के यूट्यूब चैनल तो थोड़ी कितनी इनकम आँदी है वो भी मैं थोड़ा दसादा कि मेरी जितनी इनकम आँदी है लेकिन किस तरह इनकम हासिल की वही है जस्ट एक वीडियो बनाओ और वीडियो जू ही अपलोड करे सो उस तो बाद अकाउंट के अंदर इनकम आनी स्टार्ट थी वेसी। बड़ा ही आसान तरीका है बड़ा ही आसान तरीका है अगर कोई दोस्त इस आ, करना चाहे तो यूट्यूब चैनल क्रिएट करना है क्रिएट करन तो बाद वीडियो बनानी पौधी अच्छी जी अपने कैमरे नाल और वन के अपने चैनल उत्ते अपलोड करनी है जू ही वीडियो अपलोड थी हुई पब्लिक थी उस तो बाद ਅਕਾਊਂਟ ਤੁਹਾਡੇ ਦੇ ਅੰਦਰ ਤੁਹਾਡੀ ਇਨਕਮ ਆਉਣ ਸ਼ੁਰੂ થઈ ਵੇ ਸੀ ਤਾਂ ਬੜਾ ਆਸਾਨ ਜਿਹਾ ਤਰੀਕਾ ਸ਼ਾਇਦ ਅੱਜ ਤੱਕ ਤੁਹਾਨੂੰ ਕਹੇ ਯੂਟਿਊਬਰ ਇਹਨਾਂ ਦਾ ਸੌ ਸੀ ਲੇਕਿਨ ਮੈਂ ਆਪਣੀ ਜ਼ਾਤ ਦੇ ਉੱਤੇ ਅਪਲਾਈ ਕੀਤਾ ਔਰ ਮੈਂ ਇਹ ਚੀਜ਼ ਆਪਣੀ ਅੱਖੀਂ ਦੇ ਨਾਲ ਦੇਖਣ ਨੂੰ ਮਿਲੀ ਹੈ ਤਾਂ ਮੈਂ ਕਿ ਇਹ ਇਨਫੋਰਮੇਸ਼ਨ ਆ ਜੁਮੇ ਦੀ ਰਿਹਾ ਰੇ ਵੈਸੇ ਵੀ ਅੱਛੀ ਰਿਹਾ ਰੇ ਤਾਂ ਕੋਈ ਅੱਛੀ ਗੱਲ ਜਿਹੜੀ ਹੈ ਦੋਸਤਾਂ ਦੇ ਨਾਲ ਸ਼ੇਅਰ ਕਰ ਦੇਵਾਂ ਤਾਂ ਕਿ ਦੋਸਤਾਂ ਦਾ ਵੀ ਫਾਇਦਾ ਥੀ ਵਣੇ ਮੇਰੇ ਦੇਖਣ ਵਾਲਾਂ ਦਾ ਵੀ ਫਾਇਦਾ ਥੀ ਵਣੇ ਤਾਂ ਉਹ YouTube ਚੈਨਲ ਕ੍ਰੀਏਟ ਕਰਨਾ ਇਸ ਵਾਸਤੇ ਸ਼ਰਤ ਹੈ ਕਿ ਤੂੰ ਪੜ੍ਹੇ ਲਿਖੇ ਜ਼ਰੂਰ ਹੋਵੋ ਜਿੰਨੇ ਵੀ ਤੂੰ ਯੂਟਿਊਬਰ ਦੇਖੋ ਨਾ ਉਹ ਤੁਹਾਨੂੰ ਪਹਿਲੀ ਸ਼ਰਤ ਇਹ ਦੱਸਿਆ ਸੀ ਕਿ YouTube ਵਾਸਤੇ ਪੜ੍ਹ ਲਿਖਾ ਹੋਣਾ ਜ਼ਰੂਰੀ ਨਹੀਂ ਲੇਕਿਨ ਜਿਹੜਾ ਤਰੀਕਾ ਕਰ ਮੈਂ ਦੱਸਾਂ ਲੱਗਣਾ ਇਸ ਵਾਸਤੇ ਸ਼ਰਤ ਇਹ ਕਿ ਤੁਹਾਡਾ ਪੜ੍ਹ ਲਿਖਾ ਬਾਸ਼ੂਰ ਹੋਣਾ ਬੜਾ ਜ਼ਰੂਰੀ ਹੈ ਅੱਛਾ ਉਹ ਤੂੰ ਸਾ ਪੜ੍ਹ ਲਿਖੋ ਸੋ ਬਾਸ਼ੂਰ ਹੋ ਸੋ ਕਿਸੇ ਸਾਈਡ ਦਰੂ ਇਨਕਮ ਕਮਾਣਦੇ ਪੈਓ ਸੋ ਥੋੜੀ ਬਹੁਤ ਔਰ ਤੂੰ ਸਾਂ ਉਸ ਇਨਕਮ ਨੂੰ ਸਟਾਪ ਕਰਕੇ ਜਾਂ ਉਸ ਨੂੰ ਥੋੜਾ ਟਾਈਮ ਲੇ ਕੇ ਤੇ ਤੂੰ ਸਾਂ YouTube ਚੈਨਲ ਕ੍ਰੀਏਟ ਚ ਕੀਤੇ ਉਸੋ ਤੇ ਤੁਸਾਂ ਵੀਡੀਓ ਪਾਉਣੀ ਸ਼ੁਰੂ ਕਰ ਦਿੱਤੀਆਂ ਇੱਕ ਦਿਨ ਵੀਡੀਓ ਪਾਈਏ ਦੂਜੀ ਦਿਨ ਪਾਈਏ ਤੀਜੀ ਦਿਨ ਮੁਸلسل ਉਸ ਵਕਤ ਤੱਕ ਪਹਿੰਦੇ ਰਾਸੋਖ ਜੇ ਤੱਕ ਤੁਹਾਰੇ ਖਾਨਦਾਨ ਅਲਾ ਚੁਈਆ ਘਰ ਅਲਾ ਚੁਕਾ ਹੈ ਪਤਾ ਲੱਗਸੀ ਇਲੇ ਲੱਗ ਵੈਸੀ ਅੱਛਾ ਮੈਂ ਇਹ ਚੀਜ਼ ਆਪਣੇ ਉਤੇ ਖੁਦ ਅਪਲਾਈ ਕੀਤੀ ਹੈ ਚੈੱਕ ਕੀਤਾ ਹੈ ਡਿਟ ਹੈ ਤਾਂ ਤਾ ਤੁਹਾਰੇ ਨਾਲ ਸ਼ੇਅਰ ਕਰੀਂਦਾ ਪਿਆ ਅੱਖੀ ਡਿਠਾ ਹਾਲ ਹੈ ਔਰ ਕੰਨਾ ਸੁਣਾ ਹਾਲ ਹੈ ਇਹ ਮੈਂ ਕੋਈ ਗੈਬਾ ਨਾ ਗੱਲ ਨਾ ਕਰੀਂਦਾ ਪਿਆ ਅੱਛਾ ਜਿਸ ਟਾਈਮ ਤੂੰ ਵੀਡੀਓ ਬਣਾ ਗਿੰਸੋ ਉਸ ਵੀਡੀਓ ਨੂੰ ਤੂੰ ਸਮਝ ਕੇ ਐਡਿਟ ਕਰੇ ਸੋ ਐਡਿਟ ਕਰਨ ਤੋਂ ਬਾਅਦ ਤੁਹਾੜੇ ਪੂਰੀ ਦਿਹਾਰ ਲੱਗ ਵੈਸੀ ਇਸ ਕੰਮ ਵਿੱਚ ਵੀਡੀਓ ਬਣਾਉਣੇ ਪਲੱਸ ਐਡਿਟ ਕਰਨੇ ਥੰਬਨੇਲ ਬਣਾਉਣੇ ਅਪਲੋਡ ਕਰਨੇ ਯਾਨੀ ਸਵੇਰ ਤੋਂ ਸ਼ਾਮ ਤੱਕ ਤੂੰ ਸਾਂ ਮੋਬਾਈਲ ਤੇ ਹੀ ਨਜ਼ਰ ਆਸੋ ਇਹਲੇ ਮੁਸਲਸਲੇ ਹਫਤਾ ਕੰਮ ਸ਼ੁਰੂ ਥੀ ਵੈਸੀ ਇਤਨਾ ਤੱਕ ਤੁਹਾਡਾ ਇੱਕ ਅਕਾਊਂਟ ਤਿਆਰ ਕੀਤਾ ਖੜਾ ਹੋ ਸੀ ਜਿਹੜਾ ਅਕਾਊਂਟ ਸਿਰਫ ਤੁਹਾਡੀ ਫੈਮਿਲੀ ਦਾ ਹੋ ਸੀ ਉਸ ਦੇ ਅੰਦਰ ਤੁਹਾਡੀ ਬੇਇੱਜ਼ਤੀ ਵੀ ਆਵਣਾ ਸਟਾਰਟ ਥੀ ਵੈਸੀ ਔਰ ਉਸ ਦੇ ਅੰਦਰ ਤੁਹਾਡੀ ਜ਼ਲਾਲਤ ਥੀ ਵਣਾ ਵੀ ਸ਼ੁਰੂ ਥੀ ਵੈਸੀ ਪਰ YouTube ਤੋਂ ਇਨਕਮ ਆਵੇ ਜਾਂ ਨਾ ਆਵੇ ਬੇਇੱਜ਼ਤੀ ਔਰ ਜ਼ਲਾਲਤ ਲਾਜ਼ਮੀ ਆਂਦੀ ਹੈ ਕਿਉਂਕਿ YouTube ਤੋਂ ਕਿਤਨੀ ਇਨਕਮ ਆਦੀ ਹੈ ਹਾਲੇ ਤੱਕ ਮੈਂ ਨਹੀਂ ਕਾਇਨੀ ਜਿਹੜੀ ਇਨਕਮ ਆਈ ਉਹ ਮੈਂ ਤੁਹਾੰਦਾ